ਪਹਿਲੀ ਵਾਰ ਜਿੰਦਗੀ ਦੇ ਵਿੱਚ ਹੋਇਆ ਕਿ ਪਹਿਲੀ ਵਾਰ ਅਪਾਇੰਟਮੈਂਟ ਲੈਟਰ ਦੇ ਕੇ ਮੈਡੀਕਲ ਕਰਵਾ ਕੇ ਜਿਹੜੇ ਰੱਦ ਕਰ ਦਿੱਤੇ ਨੇ ਸਰਕਾਰ ਨੇ ਕਿਹਾ ਕਿ ਅਸੀਂ ਨਵੇਂ ਸਾਲ ਤੇ ਜਿਹੜੀ ਨੌਕਰੀ ਦੇ ਦਿੱਤੀ ਪਰ ਉਸ ਤੋਂ ਬਾਅਦ ਮਈ ਦੇ ਵਿੱਚੇ ਜਿਹੜੇ ਉਹਨਾਂ ਦੇ ਨਿਯੁਕਤੀ ਪੱਤਰ ਸੀ ਐਮ ਤੇ ਈਐਮ ਨੇ ਦਿੱਤੇ ਸੀ ਉਹ ਰੱਦ ਕਰ ਦਿੱਤੇ ਬਹੁਤ ਸਰ ਮਾਨਸਿਕ ਤੌਰ ਤੇ ਵੀ ਅਸੀਂ ਬਹੁਤ ਪਰੇਸ਼ਾਨ ਆ ਆਰਥਿਕ ਤੌਰ ਤੇ ਵੀ ਅਸੀਂ ਬਹੁਤ ਪਰੇਸ਼ਾਨ ਸਮਾਜਿਕ ਤੌਰ ਤੇ ਵੀ ਅਸੀਂ ਬਹੁਤ ਪਰੇਸ਼ਾਨ ਹੈ ਸਾਨੂੰ ਬਾਹਰ ਨਿਕਲਣਾ ਮੌਕਾ ਹੋਇਆ ਸੀ ਬੋਟਾ ਪਾਈਆਂ ਜਿਤਾਏ 92 ਸੀਟਾਂ ਅਸੀਂ ਦਿੱਤੀਆਂ ਨੇ ਕਿ ਇਸ ਵਾਸਤੇ ਦਿੱਤੀਆਂ ਨੇ ਸਾਨੂੰ ਸੜਕਾਂ ਦੇ ਰੋਲ ਦਿੱਤਾ ਜਾਊਗਾ ਤਾਂ ਜੇ ਤੂੰ ਮਾਸਟਰ ਦਾ ਮੁੰਡਾ ਫਿਰ ਤੈਨੂੰ ਮਾਸਟਰਾਂ ਦੀ ਪ੍ਰੋਬਲਮ ਹੀ ਨਹੀਂ ਪਤਾ ਲੱਗ ਰਹੀ ਮਾਸਟਰਾਂ ਨੇ ਪ੍ਰੋਬਲਮਾਂ ਕੀ ਨੇ ਈਮ ਸਾਹਿਬ ਕਹਿੰਦੇ ਨੇ ਕਿ ਮੈਂ ਵਕੀਲਾਂ ਜਦੋਂ ਅਸੀਂ ਹਰਪਾਲ ਚਿੰੰਨਾ ਨਾਲ ਮੀਟਿੰਗ ਕਰਦੇ ਹਾਂ ਵਿੱਤ ਮੰਤਰੀ ਨਾਲ ਉਹ ਵੀ ਕਹਿੰਦੇ ਨੇ ਮੈਂ ਵਕੀਲਾਂ ਮੈਂ ਪੁੱਛਣਾ ਚਾਹੁੰਨੀ ਜੇ ਤੁਸੀਂ ਐਡੇ ਵੱਡੇ ਵਕੀਲ ਸੀ ਫਿਰ ਸਾਨੂੰ ਬਾਹਰ ਭਰਤੀ ਦੇ ਵਿੱਚੋਂ ਕਿਉਂ ਕਰ ਦਿੱਤਾ ਸਾਨੂੰ ਸੇਫ ਕਿਉਂ ਨਹੀਂ ਕੀਤਾ ਗਿਆ ਤੇ ਅਸੀਂ ਪੁਦਰਾੰ ਸਰ ਕੋਲੇ ਗਏ ਉਹ ਕਹਿੰਦੇ ਸੀ ਐਮ ਸਾਹਿਬ ਕੋਲੇ ਤਾਂ ਟਾਈਮ ਨਹੀਂ ਹੈਗਾ ਇੰਨੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਨਾ ਉਦੋਂ ਟਾਈਮ ਸੀ ਜਦੋਂ ਤੁਸੀਂ ਵੋਟਾਂ ਮੰਗਣ ਆ ਕੇ ਰੈਲੀ ਕੱਢਦੇ ਹੁੰਦੇ ਸੀ ਤੁਸੀਂ ਵੀ ਆਮ ਘਰਾਂ ਦੇ ਧੀਆਂ ਪੁੱਤਾਂ ਮੈਂ ਮੈਂ ਦੁੱਖ ਜਾਣਦਾ ਹਾਂ ਤੁਹਾਨੂੰ ਲੱਗਦਾ ਇਹ ਸ਼ਰਮਾਇਦਾਰ ਨੇ ਕਿਉਂਕਿ ਸ਼ਰਮਾਇਦਾਰ ਲੋਕ ਹੁੰਦੇ ਨੇ ਜਿਹੜੇ ਉਹ ਕਿਸੇ ਵੀ ਗਰੀਬੀ ਨੂੰ ਦਾ ਅਹਿਸਾਸ ਨਹੀਂ ਕਰ ਸਕਦੇ ਮੁੱਖ ਮੰਤਰੀ ਸਟੇਟ ਦਾ ਕਹਿ ਰਿਹਾ ਹੈ ਕਿ ਅਸੀਂ ਲੀਗਲੀ ਲਾ ਕਰੀਅਰ ਕਰਦੇ ਆ ਕੋਈ ਕੋਰਟ ਨਾ ਜਾਵੇ ਤੇ ਸਿੱਖਿਆ ਮੰਤਰੀ ਕਹਿ ਰਿਹਾ ਕਿ ਤੁਸੀਂ ਜਿਹੜਾ ਕੋਰਟ ਵੱਲ ਜਾਓ ਸਾਡੇ 450 ਕੈਂਡੀਡੇਟਸ ਜਿਹੜਾ ਉਹ ਨੁਕਤੀ ਪੱਤਰ ਦੇ ਕੇ ਘਰ ਬਿਠਾ ਦਿੱਤਾ ਗਿਆ ਆਪਣੀ ਬੱਲੇ ਬੱਲੇ ਕਰਵਾਉਣ ਲਈ ਬੜੀਆਂ ਤੂੰ ਗੱਪਾਂ ਛੱਡੀਆਂ ਮਿੱਟੀ ਪੱਟਾਂਗੇ ਹਾਕਮਾਂ ਤੇਰੀ ਜੇ ਸਾਡੀਆਂ ਨਾ ਜੜਾਂ ਲੱਗੀਆਂ ਬਦਲਾ ਤਾਂ ਗੱਲਾਂ 'ਚ ਹੀ ਬਦਲਾ ਆਇਆ ਸਰ ਬਾਕੀ ਸਿਸ਼ਟਾ ਤਾਂ ਉਦਾਂ ਹੀ ਚੱਲੀ ਜਾਂਦਾ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਵੀ ਕੋਈ ਗੱਲ ਨਹੀਂ ਸੁਣਦੇ ਜੀ ਸਾਡੀ ਇਹਨੇ ਜਿਹੜੇ ਵੀਆਈਪੀ ਕਲਚਰ ਨੇ ਉਹ ਤਾਂ ਪਹਿਲਾਂ ਨਹੀਂ ਸਰਕਾਰਾਂ ਨੂੰ ਵੀ ਟੱਪੇ ਹੋਏ ਨੇ ਸਰ ਅਸੀਂ ਸਰਕਾਰ ਨੂੰ ਇਹੀ ਸਵਾਲ ਕਰਨਾ ਚਾਹੁੰਦੇ ਆਂ ਵੀ ਸਾਡਾ ਕੀ ਕਸੂਰ ਆ ਅਸੀਂ ਪੇਪਰ ਪਾਸ ਕਰ ਲਏ ਅਸੀਂ ਕੋਈ ਨਸ਼ਾ ਤਸ ਕਰਾਂ ਵੀ ਸਾਨੂੰ ਕਿਤੇ ਪੁਲਿਸ ਵਾਲੇ ਯਾਰ ਡਾਂਗਾ ਮਾਰ ਕੇ ਉਠਾਣੇ ਦੀ ਕਹਿ ਦਿੰਦੇ ਜਾਂ ਲੋਕ ਕਿਤੇ ਉਹਦੇ ਚ ਕਹਿ ਦਿੰਦੇ ਚੱਲੋ ਕੀ ਕੰਮ ਕਰੀ ਅਸੀਂ ਭਗਵੰਤ ਮਾਨ ਸਰਕਾਰ ਕਿਊੜਾਂ ਰੁਪਈਆ ਬੋਰਾਂ ਤੇ ਲਗਾ ਕੇ ਇਹ ਦੱਸ ਰਹੀ ਹੈ ਕਿ ਅਸੀਂ ਐਨੇ ਹਜ਼ਾਰ ਨੌਕਰੀਆਂ ਦੇ ਦਿੱਤੀਆਂ ਪਰ ਉਹਨਾਂ ਨੌਕਰੀਆਂ ਦੀ ਉਹਨਾਂ ਦਿੱਤੀਆਂ ਨੌਕਰੀਆਂ ਦੀ ਅਸਲ ਸੱਚਾਈ ਕੀ ਹੈ ਉਹ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਸਿਰਫ ਸਟੇਜਾਂ ਤੋਂ ਫੋਟੋਆਂ ਕਰਵਾ ਕੇ ਵੱਡੀਆਂ-ਵੱਡੀਆਂ ਖਬਰਾਂ ਲਵਾ ਕੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਸਰਕਾਰ ਨੇ ਜਿਹੜਾ ਲੋਕਾਂ ਨਾਲ ਜਿਹੜਾ ਉਹਨਾਂ ਭਰਤੀ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਜਿਹੜਾ ਉਹਨਾਂ ਨਾਲ ਧੋਖਾ ਕੀਤਾ ਉਹਦੀ ਅੱਜ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਉਹਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਬੋਰਡ ਬਹੁਤ ਵੱਡੇ-ਵੱਡੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਵੀ ਇਹ ਕਹਿ ਰਹੇ ਆ ਕਿ ਸਾਡੀ ਸਰਕਾਰ ਨੇ ਦੇਖੋ ਐਨੇ ਹਜ਼ਾਰ ਨੌਕਰੀ ਦੇ ਦਿੱਤੀ ਪਰ ਨੌਕਰੀ ਦੀ ਅਸਲ ਸੱਚਾਈ ਕੀ ਹੈ ਕਿੰਨਿਆਂ ਨੂੰ ਮਿਲੀਆਂ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਅਧਿਆਪਕ ਨੇ ਉਹਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਦਿੱਤੇ ਗੈਸੀ ਲੁਧਿਆਣਾ ਵਿਖੇ ਪਰ ਨੌਕਰੀ ਲੈਣ ਲਈ ਅੱਜ ਵੀ ਉਹ ਦਰ ਦਰ ਭਟਕ ਰਹੇ ਨੇ ਕਦੇ মিডিਆ ਸਾਹਮਣੇ ਆਉਂਦੇ ਨੇ ਕਦੇ ਕਿਤੇ ਜਾਂਦੇ ਨੇ ਕਦੇ ਕਿਤੇ ਜਾਂਦੇ ਨੇ ਗੱਲਬਾਤ ਸਾਰੀ ਹੁਣ ਇਹਨਾਂ ਦੇ ਮੂੰਹੋਂ ਹੀ ਸੁਣਾਗੇ ਕਿ ਕਿਵੇਂ ਕਦੋਂ ਭਰਤੀ ਹੋਈ ਨਿਕਲੀ ਸੀ ਕਿਹਨੇ ਭਰਤੀ ਕੀਤੀ ਸੀ ਕਿਹਨੇ ਅਪੁਆਇੰਟਮੈਂਟ ਲੈਟਰ ਦਿੱਤੇ ਸੀ ਉਹ ਸਾਰੀ ਵਿਸ਼ੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਸਾਨੂੰ ਇਹ ਜਾਣਕਾਰੀ ਦਿਓ ਕਿ ਤੁਸੀਂ ਜਿਹੜੇ ਅਧਿਆਪਕ ਹੈ ਇਹ ਕਦੋਂ ਤੁਹਾਡੀ ਭਰਤੀ ਆਈ ਸੀ ਕਦੋਂ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਤੇ ਤੁਹਾਨੂੰ ਜੋਇਨ ਕਿਉਂ ਨਹੀਂ ਕਰਵਾਇਆ ਗਿਆ ਸਰ 2021 ਦੇ ਵਿੱਚ ਭਰਤੀ ਆਈ ਸੀ ਜੀ ਸੀਐਮ ਚੰਨੀ ਸਾਹਿਬ ਸੀਗੇ ਤੇ ਸਿੱਖਿਆ ਮੰਤਰੀ ਸੀਗੇ ਪ੍ਰਗਟ ਸਿੰਘ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਸਾਤ-ਆਟ ਅੱਠ-ਅੱਠ ਮਹੀਨੇ ਜਿਹੜੇ ਨੌਜਵਾਨ ਐ ਟੈਂਕੀਆਂ ਤੇ ਰਹੇ ਧਰਨੇ ਮਜਾਰੇ ਹੋਏ ਲਾਠੀ ਚਾਰਜ ਉਸ ਤੋਂ ਬਾਅਦ 41 ਕਟ ਹੈ ਜਿਹੜੀ ਭਰਤੀ ਆਈ ਜੀ ਉਸ ਤੋਂ ਬਾਅਦ ਇਹ ਸਰਕਾਰ ਬਦਲ ਗਈ ਸਰਕਾਰ ਬਦਲਣ ਤੋਂ ਬਾਅਦ ਆਪ ਸਰਕਾਰ ਦੇ ਵਿੱਚ ਇਸ ਭਰਤੀ ਦਾ ਪੇਪਰ ਹੋਇਆ ਸਕਰੂਟੀ ਹੋਈ ਰਿਜ਼ਲਟ ਹੋਏ ਉਸ ਤੋਂ ਬਾਅਦ ਨਵੇਂ ਸਾਲ ਦੇ ਮੌਕੇ ਤੇ 5 ਜਨਵਰੀ ਨੂੰ ਸਰਕਾਰੀ ਸਮਾਗਮ ਦੇ ਵਿੱਚ ਇਹਨਾਂ ਸਾਰੇ ਅਧਿਆਪਕਾਂ ਨੂੰ 41 ਕਟ ਨੂੰ ਜਿਹੜੇ ਨਿਯੁਕਤੀ ਪੱਤਰ ਵੰਡੇ ਗਏ ਸਰਕਾਰ ਨੇ ਕਿਹਾ ਕਿ ਅਸੀਂ ਨਵੇਂ ਸਾਲ ਤੇ ਜਿਹੜੀ ਨੌਕਰੀ ਦੇ ਦਿੱਤੀ ਤਾਂ ਇਹ ਨੋਜਵਾਨਾਂ ਦੇ ਵਿੱਚ ਵੀ ਸੀਗਾ ਕਿ ਸੀਐਮ ਨੇ ਕਿਹਾ ਕਿ ਮੇਰਾ ਜਿਹੜਾ ਹਰਾ ਪੈਨ ਹੈ ਉਹ ਰਜਗਾਰ ਦੇਣ ਵਾਸਤੇ ਚੱਲੂਗਾ ਤਾਂ ਇਹਨਾਂ ਦੇ ਵਿੱਚ ਵੀ ਜਿਹੜੀ ਬੜੀ ਖੁਸ਼ੀ ਸੀ ਅਗਲੇ 1 ਹਫ਼ਤੇ ਦੇ ਵਿੱਚ ਇਹਨਾਂ ਨੇ ਮੈਡੀਕਲ ਕਰਾ ਲਿਆ ਤਕਰੀਬਨ 10 12 ਜਨਵਰੀ ਤੱਕ ਇਹਨਾਂ ਦਾ ਮੈਡੀਕਲ ਹੈ ਜਿਹੜਾ ਹੋ ਚੁੱਕਿਆ ਸੀ ਤਾਂ ਹੁਣ ਇਹ ਜਿਹੜੇ ਸਾਰੇ ਕੈਂਡੀਡੇਟਸ ਸੀਗੇ ਇਹਨਾਂ ਨੂੰ ਇਹ ਸੀ ਕਿ ਸਾਨੂੰ ਜਿਹੜੇ ਸਕੂਲ ਉਹ ਮਿਲ ਜਾਣਗੇ ਪਰ ਉਸ ਤੋਂ ਬਾਅਦ ਕੀ ਹੋਇਆ ਕਿ 3 ਮਹੀਨਿਆਂ ਬਾਅਦ ਇਹਨਾਂ ਨੂੰ ਸਕੂਲਾਂ ਦੀ ਬਜਾਏ ਰਿਜ਼ਲਟ ਰਵਾਈਜ਼ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹ ਕੈਂਡੀਡੇਟਸ ਜਿਹੜੇ ਬਾਰ-ਬਾਰ ਸਿੱਖਿਆ ਮੰਤਰੀ ਨੂੰ ਮਿਲਦੇ ਰਹੇ ਡਿਪਾਰਟ ਸਿੱਖਿਆ ਡਿਪਾਰਟਮੈਂਟ ਦੇ ਵੀ ਜਾਂਦੇ ਰਹੇ ਤਾ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਤੁਹਾਨੂੰ ਨਿਯੁਕਤੀ ਪੱਤਰ ਹੈ ਸਰਕਾਰ ਨੇ ਦਿੱਤੇ ਆ ਇਹ ਸਰਕਾਰ ਦੀ ਜਿੱਦ ਦਾ ਸਵਾਲ ਹੈ ਤੁਹਾਨੂੰ ਜੋਬ ਹੈ ਜਿਹੜੀ ਮਿਲੂਗੀ ਤੁਸੀਂ ਸੇਫ ਹੋਵੋਗੇ ਤੁਹਾਡੇ ਅਪੁਆਇੰਟਮੈਂਟ ਲੈਟਰ ਹੈ ਜਿਹੜੇ ਰੱਦ ਨਹੀਂ ਹੋਣਗੇ ਪਰ ਉਸ ਤੋਂ ਬਾਅਦ ਮਈ ਦੇ ਵਿੱਚ ਜਿਹੜੇ ਉਹਨਾਂ ਦੇ ਨਿਯੁਕਤੀ ਪੱਤਰ ਸੀ ਐਮ ਤੇ ਈਐਮ ਨੇ ਦਿੱਤੇ ਸੀ ਉਹ ਰੱਦ ਕਰ ਦਿੱਤੇ ਤੇ 252 ਉਮੀਦਵਾਰ ਹੈ ਜਿਹੜੇ ਇਸ ਭਰਤੀ ਦੇ ਵਿੱਚੋਂ ਆ ਜਿਹੜੇ ਬਾਹਰ ਹੋ ਗਈ ਹੁਣ ਇਹ ਲਗਾਤਾਰ ਭਟਕਦੇ ਫਿਰਦੇ ਆ ਕਦੇ ਕਿਤੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਸੀਐਮ ਸਾਹਿਬ ਜਦੋਂ ਵੀ ਨਿਯੁਕਤੀ ਪੱਤਰ ਵੰਡਦੇ ਆ ਤਾਂ ਉਹ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਾਰੇ ਲੀਗਲੀ ਰਾਹ ਕਲੀਅਰ ਕਰਨ ਤੋਂ ਬਾਅਦ ਹੀ ਨਿਯੁਕਤੀ ਪੱਤਰ ਦਿੰਨੇ ਆ ਕਿ ਕਿਸੇ ਨੂੰ ਕੋਰਟ ਦੇ ਵਿੱਚ ਨਾ ਜਾਣਾ ਪਵੇ ਠੀਕ ਹੈ ਜੀ ਪਰ ਉਸ ਤੋਂ ਬਾਅਦ ਜਦੋਂ ਹੁਣ ਇਹ 252 ਕੈਂਡੀਡੇਟ ਬਾਹਰ ਹੋ ਚੁੱਕੇ ਆ ਜਦੋਂ ਅਸੀਂ ਸਿੱਖਿਆ ਮੰਤਰੀ ਨੂੰ ਮਿਲਦੇ ਆ ਤਾਂ ਸਿੱਖਿਆ ਮੰਤਰੀ ਦਾ ਜਵਾਬ ਇਹ ਹੁੰਦਾ ਹੈ ਕਿ ਤੁਸੀਂ ਜਿਹੜਾ ਕੋਰਟ ਜਾਓ ਮੁੱਖ ਮੰਤਰੀ ਸਟੇਟ ਦਾ ਕਹਿ ਰਿਹਾ ਹੈ ਕਿ ਅਸੀਂ ਲੀਗਲੀ ਰਾਹ ਕਰੀਅਰ ਕਰਦੇ ਆ ਕੋਈ ਕੋਰਟ ਨਾ ਜਾਵੇ ਤੇ ਸਿੱਖਿਆ ਮੰਤਰੀ ਕਹਿ ਰਿਹਾ ਕਿ ਤੁਸੀਂ ਜਿਹੜਾ ਕੋਰਟ ਵੱਲ ਜਾਓ। ਹੂੰ। ਸੋ ਅਸੀਂ ਸਰਕਾਰ ਨੂੰ ਕਹਿਨੇ ਆ ਕਿ ਜਿਹੜੇ 252 ਉਮੀਦਵਾਰ ਐ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਸੀਐਮ ਨੇ ਕਿਹਾ ਸੀ ਕਿ ਮੈਂ ਰਜਗਾਰ ਦੇਵਾਂਗਾ। ਮੈਂ ਬੇਰਜਗਾਰਾਂ ਦੇ ਜਿਹੜੇ ਚੁੱਲਿਆਂ ਦੇ ਵਿੱਚ ਅੱਗ ਬਜਾਊਂਗਾ। ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੈਗੀ। ਤਾਂ ਇਹ ਜਿਹੜੇ ਨੌਜਵਾਨ ਐ ਇਹ ਪੰਜਾਬ 'ਚ ਹੀ ਰਹੇ ਨੇ। ਹੁਣ ਤੱਕ ਇਹਨਾਂ ਨੇ 30 35 35 ਸਾਲ ਐ ਜਿਹੜੀ ਪੜ੍ਹਾਈ ਕੀਤੀ ਐ ਤੇ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਨੇਗੇ। ਸੋ ਉਹ ਹਰਾਪੈਨ ਚਲਾ ਕੇ ਇਹ ਉਮੀਦਵਾਰਾਂ ਦਾ ਜਿਹੜਾ ਹੱਲ ਕੱਢਣ ਕਿਉਂਕਿ ਹੁਣ ਇਹ ਇਸ ਸਟੇਜ ਤੇ ਆ ਚੁੱਕੇ ਨੇਗੇ ਨਾ ਤਾਂ ਇਹ ਵਿਦੇਸ਼ ਜਾ ਸਕਦੇ ਨਾ ਆਖਰੀ ਇਹਨਾਂ ਦੀ ਭਰਤੀ ਹੈ ਇਹ ਅਗਲੀਆਂ ਭਰਤੀਆਂ ਦੇ ਵਿੱਚ ਵੀ ਕਨਸੀਡਰ ਨਹੀਂ ਹੋਣਗੇ ਇਸ ਤੋਂ ਬਾਅਦ ਓਵਰੇਜ ਹੋ ਜਾਣਾ ਤੇ ਸਮਾਜ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਸਾਰੀ ਇੱਜ਼ਤ ਹੈ ਉਹ ਦਾਪ ਤੇ ਲੱਗ ਗਈ ਕਿਉਂਕਿ ਇੱਕ ਵਾਰ ਸਭ ਨੂੰ ਇਹ ਹੋ ਗਿਆ ਕਿ ਇਹਨਾਂ ਨੂੰ ਜਿਹੜੀ ਨੌਕਰੀ ਮਿਲਗੀ ਤਾਂ ਹੁਣ ਇਹ ਪੰਜ ਮਹੀਨਿਆਂ ਦੇ ਬਾਅਦ ਹੈ ਜਿਹੜੇ ਭਰਤੀ ਦੇ ਵਿੱਚੋਂ ਬਾਹਰ ਹੋ ਚੁੱਕੇ ਨਾ ਸੋ ਇਹ ਬਹੁਤ ਹੀ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਮਾਨਸਿਕ ਸੰਤਾਪ ਹੈ ਗਲਤੀ ਸਰਕਾਰ ਤੇ ਡਿਪਾਰਟਮੈਂਟ ਦੀ ਹੈ ਭੁਗਤੇ ਆਮ ਕੈਂਡੀਡੇਟ ਹੈ ਜਿਹੜੇ ਰਹੇ ਨਾ ਕੀ ਗਲਤੀ ਹੋਈ ਹੈ ਜਿਹੜਾ 252 ਕੈਂਡੀਡੇਟ ਨੂੰ ਬਾਹਰ ਕੀਤਾ ਗਿਆ ਕੀ ਗਲਤੀ ਹੋਈ ਹੈ ਤੇ ਕੀ ਜਿਹੜੇ ਬਾਕੀ ਉਹਨਾਂ ਨੂੰ ਜੁਆਇਨ ਕਰਵਾ ਲਿਆ ਗਿਆ ਸਰ ਉਹਨਾਂ ਨੂੰ 15 ਮਈ ਤੋਂ ਟ੍ਰੇਨਿੰਗ ਤੇ ਭੇਜ ਦਿੱਤਾ ਗਿਆ ਆਸਟ੍ਰਲ ਦੇ ਵਿੱਚ ਸਰ ਕੁਐਸਚਨਾਂ ਦੇ ਵਿੱਚ ਬਹੁਤ ਸਾਰਾ ਜਿਹਦੋਂ ਕੁਐਸਚਨ ਪੇਪਰ ਆ ਪਿਆ ਉਹਦੇ ਵਿੱਚ ਮਿਸਟੇਕ ਸੀਗੀਆਂ ਉਹਦੇ ਉੱਪਰ ਜਿਹੜੇ ਅਨਸਰ ਕੀ ਦੇ ਉੱਪਰ ਕੇਸ ਲੱਗ ਚੁੱਕੇ ਸੀ ਪਰ ਸਰ ਜਦੋਂ ਨਿਯੁਕਤੀ ਪੱਤਰ ਵੰਡੇ ਗਏ ਕੇਸ ਤਾਂ ਉਹਦੋਂ ਵੀ ਚੱਲ ਰਿਹਾ ਸੀ ਉਦੋਂ ਸਰਕਾਰ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਸੀ ਤਾਂ ਕੇਸ ਹੁਣ ਵੀ ਚਾਰ-ਪੰਜ ਚੱਲ ਰਿਹਾ ਹੈ ਤਾਂ ਕੱਲ ਨੂੰ ਜਿਹੜੇ ਹੁਣ ਇਹ ਜੁਆਇਨ ਕਰ ਗਏ ਇਹਨਾਂ ਤੇ ਵੀ ਖਤਰਾ ਆ ਸਕਦਾ ਹੈ ਕਿ ਜੇਕਰ ਕੋਈ ਕੋਰਟ ਦੇ ਵਿੱਚੋਂ ਫੈਸਲਾ ਇਹਨਾਂ ਦੇ ਖਿਲਾਫ ਆ ਗਿਆ ਦਾ ਸਰਕਾਰ ਨੂੰ ਇਹਨਾਂ ਸਾਰੇ ਜਿਹੜੇ ਕੇਸ ਹੈ ਜਾਂ ਜੋ ਵੀ ਕੈਂਡੀਡੇਟ ਬਾਹਰ ਹੋਏ ਨੇ ਜਾਂ ਭਰਤੀ ਹੋਏ ਨੇ ਇਹਨਾਂ ਦਾ ਜਿਹੜਾ ਹੱਲ ਕੱਢ ਕੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਹੈ ਭੇਜਣਾ ਚਾਹੀਦਾ ਹੈ ਤੁਸੀਂ ਇਹ ਸਰਕਾਰ ਮਤਲਬ ਲੈਟਰ ਆਫ ਅਪਾਇੰਟਮੈਂਟ ਦੇ ਕੇ ਵੱਡੀਆਂ ਵੱਡੇ ਇਸਤਿਹਾਰ ਜਰੂਰ ਦਿੰਦੀ ਹੈ ਕਿ ਐਨੇ ਨਿਯੁਕਤੀ ਪੱਤਰ ਤੇ ਜਿਵੇਂ ਹੁਣ ਤੁਹਾਡੇ ਨਾਲ ਹੋਈ ਹੈ ਕੀ ਇਹ ਲੱਗਦਾ ਕਿ ਜਿਹੜੇ ਬਾਕੀ ਨਿਯੁਕਤੀ ਪੱਤਰ ਆ ਉਹਨਾਂ ਦੇ ਵੀ ਇਹੀ ਹਾਲ ਹੁੰਦਾ ਉਹ ਦੇਖੋ ਸਾਰਾ ਜੇ ਉਹ 41 ਕਾਟ ਦੀ ਅਸਲੀਅਤ ਹੈ ਉਹ ਤਾਂ ਤੁਹਾਡੇ ਸਾਹਮਣੇ ਆ ਬਾਕੀ ਜੋ ਹੋਰ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਹੋਊ ਜਾਂ ਅਸਲੀ ਤਾਂ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰਕੇ ਦੇਖ ਸਕਦੇ ਹੋ ਕਿ ਕਿਹਨੇ ਭਰਤੀ ਦਿੱਤੀ ਕਿ ਉਹ ਸਿਰੇ ਚੜੀ ਕਿ ਉਹਨਾਂ ਦੀ ਜੁਆਇਨਿੰਗ ਹੋਈ ਇਹ ਤੁਹਾਨੂੰ ਉਹ ਵੱਧ ਹੈ ਜਿਹੜਾ ਦੱਸ ਸਕਣਗੇ ਜੀ ਹਾਂਜੀ ਬਿਲਕੁਲ ਜੀ ਹੋਰ ਭਰਤੀਆਂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਪਹਿਲਾਂ 1158 ਦੇ ਵਿੱਚ ਵੀ ਮੇਰਾ ਨੰਬਰ ਆਇਆ ਸੀ ਉਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ 450 ਕੈਂਡੀਡੇਟਸ ਜਿਹੜਾ ਉਹ ਨੁਕਤੀ ਪੱਤਰ ਦੇ ਕੇ ਘਰ ਬਿਠਾ ਦਿੱਤਾ ਗਿਆ ਠੀਕ ਹੈ ਤੇ ਹੁਣ ਵੀ ਇਸ ਤਰ੍ਹਾਂ ਹੀ ਹੋ ਰਿਹਾ ਮੈਂ ਇਹਦੇ ਬਾਰੇ ਲਿਖਿਆ ਵੀ ਸੀਗਾ ਕਿ ਖੁਸ਼ੀ ਝਕਾਨੀ ਦੇ ਕੇ ਦਰ ਤੋਂ ਤਿੱਤਰ ਹੋ ਗਈ ਏ ਉਦਾਸੀ ਫਿਰ ਤੋਂ ਮੇਰੀ ਮਿੱਤਰ ਹੋ ਗਈ ਏ ਲੱਗਦਾ ਸੀ ਕਿ ਹਾਲਤ ਹੁਣ ਤੇ ਬਿਹਤਰ ਹੋਵੇਗੀ ਇਹ ਕੀ ਇਹ ਤੇ ਵੱਧ ਤੋਂ ਵੱਧਰ ਹੋ ਗਈ ਏ ਪੱਕੀ ਕਹਿ ਕੇ ਕੱਚੀ ਵੀ ਖੋ ਲਈਏ ਨਿਯੁਕਤੀ ਕਰਕੇ ਸਰਕਾਰ ਮਨਕਰ ਹੋ ਗਈ ਏ ਹੁਣ ਮੇਰੀ ਮਾਂ ਜਦੋਂ ਮੈਂ ਜਾਊਗਾ ਮੈਨੂੰ ਪੁੱਛੂਗੀ ਵੀ ਅੱਜ ਤੇਰਾ ਕੀ ਬਣਿਆ ਉੱਥੇ ਮਤਲਬ ਤੁਹਾਡੇ ਚੈਨਲ ਕੋਲੇ ਆਇਆਗਾ ਤਾਂ ਉਹ ਪੁੱਛਦੇ ਰਹਿੰਦੀ ਹੈ ਮਾਂ ਰੋਜ਼ ਪ੍ਰਸ਼ਨ ਪੁੱਛਦੀ ਹੈ ਕੀ ਬਣਿਆ ਪੁੱਤਰ ਤੇਰਾ ਮਾਂ ਰੋਜ਼ ਪ੍ਰਸ਼ਨ ਪੁੱਛਦੀ ਹੈ ਚੁੱਪ ਜਹੀ ਹੁਣ ਤਾਂ ਇਸ ਦਾ ਉੱਤਰ ਹੋ ਗਈ ਏ ਖੁਸ਼ੀ ਚ ਕਹਾਣੀ ਦੇ ਕੇ ਦਰ ਤੋਂ ਤਿੱਤਰ ਹੋ ਗਈ ਏ ਨਿਯੁਕਤੀ ਕਰਕੇ ਸਰਕਾਰ ਮਨਕਰ ਹੋ ਗਈ ਏ ਤੇ ਅਸੀਂ ਮੈਂ ਇਹ ਵੀ ਕਹਿਣਾ ਚਾਹਨਾਗਾ ਵੀ ਇਹਨਾਂ ਨੇ ਆਪਣੀ ਬੱਲੇ ਬੱਲੇ ਕਰਵਾਉਣ ਲਈ ਸਿਰਫ ਬੱਲੇ ਬੱਲੇ ਕਰਵਾਉਣ ਲਈ ਬਲੀ ਦੇ ਰਹੇ ਨੇ ਇਹਨਾਂ ਦੀ ਗੱਲ ਦੇ ਵਿੱਚ ਮਤਲਬ ਕਿ ਉਹਨਾਂ ਦਮ ਨਹੀਂ ਹੈਗਾ ਅੰਦਰ ਕੁਝ ਹੋਰ ਗੱਲਾਂ ਕਰਦੇ ਨੇ ਪਰ ਸਚਾਈ ਕੁਝ ਹੋਰ ਹੈ ਆਪਣੀ ਬੱਲੇ ਬੱਲੇ ਕਰਵਾਉਣ ਲਈ ਬੜੀਆਂ ਤੂੰ ਗੱਪਾਂ ਛੱਡੀਆਂ ਮਿੱਟੀ ਪੱਟਾਂਗੇ ਹਾਕਮਾਂ ਤੇਰੀ ਜੇ ਸਾਡੀਆਂ ਨਾ ਜੜਾਂ ਲੱਗੀਆਂ ਮਿੱਟੀ ਪੱਟਾਂਗੇ ਹਾਕਮਾਂ ਤੇਰੀ ਸੋ ਇਹੀ ਹੈਗਾ ਵੀ ਨਿਯੁਕਤੀ ਕਰਕੇ ਸਰਕਾਰ ਆ ਜਿਹੜਾ ਮੁਨਕਰ ਹੋਈ ਹੈਗੀ ਇਹ ਭਰਤੀ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਅਸੀਂ ਕੋਰਟ ਦੇ ਵਿੱਚ ਹੁਣ ਤੱਕੇ ਖਾ ਰਹੇ ਹਾਂ ਕਸੂਰ ਸਾਡਾ ਇੰਨਾ ਹੀ ਹੈਗਾ ਵੀ ਅਸੀਂ ਪੇਪਰ ਪਾਸ ਕਰ ਲਏ ਸਰਕਾਰ ਸਾਾਨੂੰ ਸਾਨੂੰ ਕਹਿ ਰਹੀ ਹੈ ਉਲਟਾ ਵੀ ਸਾਡਾ ਕੀ ਕਸੂਰ ਆ ਅਸੀਂ ਸਰਕਾਰ ਨੂੰ ਇਹੀ ਸਵਾਲ ਕਰਨਾ ਚਾਹੁੰਦੇ ਆ ਵੀ ਸਾਡਾ ਕੀ ਕਸੂਰ ਆ ਅਸੀਂ ਪੇਪਰ ਪਾਸ ਕਰ ਲਏ ਅਸੀਂ ਕੋਈ ਨਸਾ ਤਸ ਕਰਾਂ ਵੀ ਸਾਨੂੰ ਕਿਤੇ ਪੁਲਿਸ ਵਾਲੇ ਚਾਰ ਡਾਂਗਾਂ ਮਾਰ ਕੇ ਉਹ ਥਾਣੇ 'ਚ ਕਹਿ ਦਿੰਦੇ ਚੱਲੋ ਕਿਤੇ ਉਹਦੇ 'ਚ ਕਹਿ ਦਿੰਦੇ ਚੱਲੋ ਕੀ ਕੰਮ ਕਰੀਏ ਅਸੀਂ ਇੰਨਾ ਪੜ ਕੇ ਉਸ ਤੋਂ ਬਾਅਦ ਥਾਣੇ ਦੇ ਵਿੱਚ ਹੀ ਜਾਣਾ ਸੀ ਜੇ ਹੋਰ ਕੋਈ ਕੰਮ ਕਰ ਲੈਂਦੇ ਚੋਰੀ ਨਹੀਂ ਕਰੀ ਕੋਈ ਅਸੀਂ ਨਸ਼ਾ ਤਸ਼ ਕਰਨੀ ਹੈਗੇ ਤੇ ਸਾਨੂੰ ਮਤਲਬ ਕਿ ਥਾਣਿਆਂ ਦੇ ਵਿੱਚ ਜਲੀਲ ਕੀਤਾ ਜਾਂਦਾ ਹੈਗਾ ਕੋਰਟਾਂ ਦੇ ਵਿੱਚ ੱੱਕੇ ਖਾ ਰਹੇ ਆ ਅਸੀਂ ਸਰਕਾਰ ਸਾਨੂੰ ਇਨਸਾਫ ਦੇਵੇ ਨਿਯੁਕਤੀ ਪੱਤਰ ਲੈ ਕੇ ਗਏ ਸੀ ਜਿਹੜੇ ਵਿੱਚ ਕਚਹਿਰੀਆਂ ਮਾਰਨਗੇੜੇ ਇਹਨਾਂ ਨੂੰ ਇਨਸਾਫ ਦਿਵਾਓ ਹੱਕ ਵਿੱਚ ਹਾਂ ਦਾ ਨਾਰਾ ਲਾਓ ਹੱਕ ਵਿੱਚ ਹਾਂ ਦਾ ਨਾਰਾ ਲਾਓ ਇਹ ਪੈਣੇ ਅਜੇ ਤੱਕ ਕਦੇ ਇਸ ਤਰੀਕੇ ਨਾਲ ਹੋਇਆ ਵੀ ਕਿਸੇ ਸਰਕਾਰ ਤੁਸੀਂ ਸੁਣਦੇ ਹੋਵੋਗੇ ਪਹਿਲਾਂ ਵੀ ਤੁਹਾਡੇ ਸੀਨੀਅਰ ਵੀ ਹੋਣਗੇ ਵੀ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਫਿਰ ਧੱਕੇ ਖਾਣੇ ਪੈਂਦੇ ਹੁਣ ਸਰਕਾਰ ਦਾ ਨਿਯੁਕਤੀ ਪੱਤਰ ਮੈਜ ਬਸ ਇੱਕ ਕਾਗਜ਼ ਬਣ ਕੇ ਰਹਿ ਗਿਆ ਨਹੀਂ ਸਰ ਇਹ ਨਵੀਂ ਸਰਕਾਰ ਦਾ ਜਿਹੜਾ ਨਵਾਂ ਹੀ ਬਦਲਾਇਆ ਕਿ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਹੋਇਆ ਕਿ ਪਹਿਲੀ ਵਾਰ ਅਪੁਆਇੰਟਮੈਂਟ ਲੈਟਰ ਦੇ ਕੇ ਮੈਡੀਕਲ ਕਰਵਾ ਕੇ ਜਿਹੜੇ ਰੱਦ ਕਰ ਦਿੱਤੇ ਨੇ ਸਰ ਅਪੁਆਇੰਟਮੈਂਟ ਲੈਟਰ ਜਿਹੜੇ 5 ਜਨਵਰੀ ਨੂੰ ਲੁਧਿਆਣਾ ਵਿਖੇ ਸਾਨੂੰ ਦਿੱਤੇ ਗਏ ਇਸ ਤੋਂ ਬਾਅਦ 11 ਨੂੰ ਸਾਡਾ ਸਰ ਮੈਡੀਕਲ ਹੋ ਚੁੱਕਿਆ ਸੀ ਇਸ ਤੋਂ ਬਾਅਦ ਜਦੋਂ ਸਾਨੂੰ ਸੀਐਮ ਨੇ ਨਿਯੁਕਤੀ ਪੱਤਰ ਦਿੱਤੇ ਸੀ ਲੁਧਿਆਣਾ ਵਿਖੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪਿੰਡਾਂ ਦੇ ਜਿਹੜੇ ਸਕੂਲ ਨੇ ਸਾਨੂੰ ਬੇਸabri ਨਾਲ ਉਡੀਕ ਰਹੇ ਨੇ ਅਸੀਂ ਸਕੂਲਾਂ ਦੀ ਵੇਟ ਕਰ ਰਹੇ ਹਾਂ ਸਰ ਸਾਨੂੰ ਸਕੂਲਾਂ ਦੇ ਵਿੱਚ ਭੇਜਣ ਦੀ ਬਜਾਏ ਸਾਡੇ ਜਿਹੜੇ ਅਪਾਇੰਟਮੈਂਟ ਲੈਟਰ ਨੇ ਰੱਦ ਕਰਕੇ ਸਾਨੂੰ ਘਰੇ ਬਿਠਾਤਾ ਜਦੋਂ ਵੀ ਅਸੀਂ ਸੀਐਮ ਸਾਹਿਬ ਨਾਲ ਜਾਂ ਈਐਮ ਨਾਲ ਮੀਟਿੰਗ ਕਰਦੇ ਆ ਸੀਐਮ ਤਾਂ ਸਾਨੂੰ ਨੇੜੇ ਨਹੀਂ ਲੱਗਣ ਦਿੱਤੇ ਕਿਉਂਕਿ ਪਹਿਲਾਂ ਅਸੀਂ ਬਠਿੰਡਾ ਵਿਖੇ ਆਏ ਸੀ ਥਰਮਲ ਪਲਾਂਟ 'ਚ ਜਦੋਂ ਪ੍ਰੋਗਰਾਮ ਰੱਖਿਆ ਹੋਇਆ ਸੀ ਤਾਂ ਸਾਨੂੰ ਬੱਲੂਆਂ ਠਾਣਾ ਦੇ ਵਿੱਚ ਰੱਖਿਆ ਗਿਆ ਇਸ ਤੋਂ ਬਾਅਦ ਅਸੀਂ ਮਾਨਸਾ ਮਿਲਣ ਗਏ ਜੀ ਇਡਨ ਗਾਰਡਨ ਦੇ ਵਿੱਚੋਂ ਸਾਨੂੰ ਬਚਤ ਭਵਨ ਲਿਆਂਦਾ ਗਿਆ ਕਿ ਸੋਡੀ ਮੀਟਿੰਗ ਕਰਾਈ ਜੋ ਸੀਐਮ ਨਾਲ ਪਰ ਸੀਐਮ ਉਥੋਂ ਸੀਐਮ ਤੇ ਈਐਮ ਖਿਸਕ ਕੇ ਗਿਟਨ ਗਾਰਡਨ ਚਲੇ ਜਾਂਦੇ ਨੇ ਇਸ ਤੋਂ ਬਾਅਦ 6 ਜੂਨ ਨੂੰ ਸਾਡੀ ਮੀਟਿੰਗ ਹੁੰਦੀ ਹੈ ਜੀ ਈਐਮ ਸਾਹਿਬ ਨਾਲ ਈਐਮ ਸਾਹਿਬ ਹਰਜੋਤ ਸਿੰਘ ਬੈਂਸ ਕਹਿੰਦੇ ਨੇ ਜੀ ਕਿ ਤੁਸੀਂ ਕੋਰਟ ਦੇ ਵਿੱਚ ਜਾਓ ਸਰ ਸਾਨੂੰ ਪਹਿਲਾਂ ਕਹਿ ਦਿੰਦੇ ਵੀ ਤੁਸੀਂ ਕੋਰਟ ਦੇ ਵਿੱਚ ਜਾਓ 11 April ਨੂੰ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਆ ਉਹ ਤਾਂ ਸਾਨੂੰ ਸਾਰਿਆਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਤੁਹਾਨੂੰ ਸੇਫ ਕੀਤਾ ਜਾਊਗਾ 11 April ਤੋਂ ਬਾਅਦ 25 ਨੂੰ ਡਿਪਾਰਟਮੈਂਟ ਦੇ ਵਿੱਚ ਗੁਲਸ਼ਨ ਸ਼ਾਪੜਾ ਜੀ ਨਾਲ ਮੀਟਿੰਗ ਹੁੰਦੀ ਆ ਉਹ ਵੀ ਕਹਿੰਦਾ ਬੇਟਾ ਤੁਹਾਨੂੰ ਸੇਫ ਕੀਤਾ ਜਾਊਗਾ ਇਸ ਤੋਂ ਬਾਅਦ 30 April ਨੂੰ ਅਸੀਂ ਹਰਜੋਤ ਸਿੰਘ ਬੈਂਸ ਦੀ ਕੋਠੀ ਨੰਬਰ 9 ਦੇ ਵਿੱਚ ਜਾਂਦੇ ਆ ਜੀ ਸੈਕਟਰ 2 ਦੇ ਵਿੱਚ ਉੱਥੇ ਵੀ ਉਹ ਕਹਿੰਦੇ ਨੇ ਤੁਹਾਨੂੰ ਬੇਟਾ ਸੇਫ ਕੀਤਾ ਜਾਊਗਾ ਇਸ ਤੋਂ ਬਾਅਦ 8 May ਨੂੰ ਜਿਹੜੇ ਸਾਡੇ ਅਪਾਇੰਟਮੈਂਟ ਲੈਟਰ ਹੈ ਜਿਹੜੇ ਰੱਦ ਕਰ ਦਿੱਤੇ ਜਾਂਦੇ ਨੇ ਤੇ ਸਾਡੀ ਜ਼ਿੰਦਗੀ ਨਾਲ ਖਲਵਾੜ ਕੀਤਾ ਜਾਂਦਾ ਹੈ ਹੁਣ ਜਦੋਂ ਬੁੜਲਾਡਾ ਵਿਖੇ ਸੀਐਮ ਸਾਹਿਬ ਆਉਂਦੇ ਨੇ ਤਾਂ ਅਸੀਂ ਉੱਥੇ ਜਾਂਦੇ ਆ ਜਦੋਂ ਬੁੜਲਾਡਾ ਵਿਖੇ ਸੀਐਮ ਸਾਹਿਬ ਵੋਟਾਂ ਮੰਗਣ ਆਏ ਸੀ ਤਾਂ ਮੈਂ ਪੁੱਛਣਾ ਚਾਹੁੰਨੀ ਆ ਤਾਂ ਉਹਨਾਂ ਨੇ ਕਿਹਾ ਸੀ ਬੁਧਰਾਮ ਨੂੰ ਤੁਸੀਂ ਵੋਟਾਂ ਪਾਓ ਵੋਟ ਤੁਸੀਂ ਬੁਧਰਾ ਅਨਸਰ ਨੂੰ ਪਾਓਗੇ ਤੇ ਖਾਤੇ 'ਚ ਮੇਰੇ ਜਾਊਗੀ ਪਰ ਅਸੀਂ ਵੋਟਾਂ ਪਾਈਆਂ ਜਿਤੇ 92 ਸੀਟਾਂ ਅਸੀਂ ਦਿੱਤੀਆਂ ਨੇ ਕਿ ਇਸ ਵਾਸਤੇ ਦਿੱਤੀਆਂ ਨੇ ਸਾਨੂੰ ਸੜਕਾਂ ਦੇ ਰੋਲ ਦਿੱਤਾ ਜਾਊਗਾ ਤੇ ਅਸੀਂ ਬੁਧਰਾਮ ਸਰ ਕੋਲੇ ਗਏ ਉਹ ਕਹਿੰਦੇ ਸੀ ਐਮ ਸਾਹਿਬ ਕੋਲੇ ਤਾਂ ਟਾਈਮ ਨਹੀਂ ਹੈਗਾ ਇੰਨੀਆਂ ਜਥੇਵੰਦੀਆਂ ਨਾਲ ਮੀਟਿੰਗ ਕਰਨਾ ਉਦੋਂ ਟਾਈਮ ਸੀ ਜਦੋਂ ਤੁਸੀਂ ਵੋਟਾਂ ਮੰਗਣਾ ਆ ਕੇ ਰੈਲੀ ਕੱਢਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬੁਧਰਾਮ ਨੂੰ ਵੋਟਾਂ ਪਾਓ ਮੈਨੂੰ ਸੀਐਮ ਬਣਾਓ ਅਸੀਂ ਤਾਂ ਸੀਐਮ ਬਣਾਤਾ ਹੁਣ ਸਾਨੂੰ ਕਿਉਂ ਰੋਲ ਰੱਖਿਆ ਪਹਿਲਾਂ ਕਹਿੰਦੇ ਨੇ ਮੈਂ ਮਾਸਟਰ ਦਾ ਮੁੰਡਾ ਮਾਸਟਰ ਦਾ ਮੁੰਡਾ ਜੇ ਤੂੰ ਮਾਸਟਰ ਦਾ ਮੁੰਡਾ ਫਿਰ ਤੈਨੂੰ ਮਾਸਟਰਾਂ ਦੀ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਮਾਸਟਰਾਂ ਦੀ ਪ੍ਰੋਬਲਮਾਂ ਕੀ ਨੇ ਸਰ ਸਾਡੇ ਜਿਹੜੇ ਦੋ ਕੁਐਸਚਨ ਜਿਹੜੇ ਗਲਤ ਕੀਤੇ ਨੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੁੱਕਸ ਦੇ ਵਿੱਚ ਸਰ ਸਾਡਾ ਇਹ ਪਹਿਲਾ ਕੁਐਸਚਨ ਹੈ ਕਿ ਇਹ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਇਹ ਇਹਨਾਂ ਦੀ ਬੁੱਕ ਆ ਸਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਹਦੇ ਵਿੱਚ ਲਗਾ ਮਾਤਰਾ 10 ਹੀ ਦਿੱਤੀਆਂ ਹੋਈਆਂ ਨੇ ਜਿਹੜੀਆਂ ਸਾਡੇ ਕੱਟ ਕੇ 9 ਕਰ ਦਿੱਤੀਆਂ ਗਈਆਂ ਇਸ ਤੋਂ ਬਾਅਦ ਸਾਡਾ ਸੈਕੰਡ ਕੁਐਸਚਨ ਹੈਗਾ ਵੀ ਮੁਕਦਮ ਪੈਰੇ ਦੇ ਵਿੱਚ ਕਿਹਨੂੰ ਕਿਹਾ ਜਾਂਦਾ ਹੈਗਾ ਸਰ ਇਹ ਕੁਐਸਚਨ ਸੀਗਾ ਮੁਕਦਮ ਵਜ਼ੀਰ ਨੂੰ ਕਹਿੰਦਾ ਬਿਲਕੁਲ ਸੇਮ ਹੀ ਪੈਰਾ ਪਾਇਆ ਹੋਇਆ ਜੀ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੁੱਕ ਹੈ ਜਿਹੜੀ ਉਹਨਾਂ ਦੇ ਸਕੂਲਾਂ ਦੇ ਵਿੱਚ ਲਗਾਈ ਗਈ ਆ ਆ ਬੁੱਕ ਉਹ ਬੁੱਕ ਦੇ ਵਿੱਚ ਇਹ ਵਜીર ਨੂੰ ਹੀ ਕਹਿੰਦੇ ਨੇ ਸਾਰੇ ਦੋ ਕੁਐਸਚਨਾਂ ਕਰਕੇ ਸਾਨੂੰ ਮੈਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਅਸੀਂ ਸੀਐਮ ਸਾਹਿਬ ਨੂੰ ਤੇ ਈਐਮ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦੇ ਆ ਜਿਹੜੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਬੁੱਕਸ ਪੜਾਉਨੇ ਇਹ ਠੀਕ ਨੇ ਜਾਂ ਤੁਹਾਡੇ ਜਿਹੜੇ ਕਮੇਟੀ ਮੈਂਬਰ ਬਿਠਾਏ ਨੇ ਉਹਨਾਂ ਦੀਆਂ رائے ਆ ਠੀਕ ਨੇ ਕਿਉਂਕਿ ਜਿਹੜੀਆਂ ਬੁੱਕਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਉੱਥੇ ਅਸੀਂ ਬੱਚਿਆਂ ਨੂੰ ਪੜਾਉਣਾ ਸੀ ਉਹੀ ਸਾਡੇ ਆਨਸਰ ਠੀਕ ਸੀਗੇ ਪਰ ਬਾਅਦ ਦੇ ਵਿੱਚ ਸਾਡੇ ਆਨਸਰ ਜਿਹੜੇ ਗਲਤ ਕਰ ਦਿੱਤੇ ਜਾਂਦੇ ਨੇ ਤੇ ਨਵੀਂ ਸਰਕਾਰ ਹੈ ਜਿਹੜੀ ਵੱਡੀਆਂ ਵੱਡੀਆਂ ਗੱਲਾਂ ਮਾਰ ਕੇ ਲੋਕਾਂ ਨਾਲ ਖਲਵਾੜ ਕਰਕੇ ਜਿਹੜੀ ਇਹਦੇ ਵਿੱਚ ਆਈ ਸੀ ਸੱਤਾ ਦੇ ਵਿੱਚ ਆਈ ਸੀ ਹੁਣ ਲੋਕਾਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ ਜਾਂਦਾ ਇਹਨਾਂ ਦੇ ਜਿਹੜੇ ਵੀਆਈਪੀ ਕਲਚਰ ਨੇ ਉਹ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਟੱਪੇ ਹੋਏ ਨੇ ਸਰ ਪਹਿਲਾਂ ਬਾਦਲ ਸਾਹਿਬ ਤੇ ਕਾਂਗਰਸ ਨੂੰ ਕਹਿੰਦੇ ਸੀ ਵੀ ਤੁਹਾਡੇ ਵੀ ਆਈਪੀ ਕਲਚਰ ਹੈ ਜਿਹੜਾ ਬੜਾ ਹਾਈ ਹਾਈ ਹੈ ਜੀ ਇਹਨਾਂ ਦਾ ਤਾਂ ਉਸ ਤੋਂ ਵੀ ਹਾਈ ਹੈ ਜੀ 70 70 ਗੱਡੀਆਂ ਇਹਨਾਂ ਦੀ ਲੱਗੀਆਂ ਹੁੰਦੀਆਂ ਨੇ ਕਾਫਲੇ ਦੇ ਪਿੱਛੇ ਮੈਂ ਪੁੱਛਣਾ ਚਾਹੁੰਨੀ ਆ ਸੀਐਮ ਸਾਹਿਬ ਨੂੰ ਸਾਡੇ ਬਲਾਡੇ ਦੇ ਨਾਲ ਹੀ ਉਸ ਤੋਂ ਜਿੰਦ ਪੈਂਦਾ ਤੁਸੀਂ ਇੱਥੇ ਇਲਾਕੇ ਦੇੋਂ ਸਾਡੀਆਂ ਪ੍ਰੋਬਲਮ ਕਿਉਂ ਨਹੀਂ ਸੁਣਦੇ ਤੁਸੀਂ ਕਹਿੰਦੇ ਹੋ ਲੀਗਲੀ ਰਸਤੇ ਕਲੀਅਰ ਕਰਕੇ ਸਾਨੂੰ ਅਪਾਇੰਟਮੈਂਟ ਲੈਟਰ ਦੇਵਾਂਗੇ ਪਰ ਲੀਗਲੀ ਰਸਤਾ ਕਿਹੜਾ ਕਲੀਅਰ ਕੀਤਾ ਪਹਿਲਾਂ ਸੀਐਮ ਸਾਹਿਬ ਸਾਨੂੰ ਈਐਮ ਸਾਹਿਬ ਕਹਿੰਦੇ ਨੇ ਕਿ ਮੈਂ ਵਕੀਲਾਂ ਜਦੋਂ ਅਸੀਂ ਹਰਪਾਲ ਚਿੰਮਾ ਨਾਲ ਮੀਟਿੰਗ ਕਰ ਤੰਤ ਮੰਤਰੀ ਨਾਲ ਉਹ ਵੀ ਕਹਿੰਦੇ ਨੇ ਮੈਂ ਵਕੀਲ ਆ ਮੈਂ ਪੁੱਛਣਾ ਚਾਹੁੰਨੀ ਹਾਂ ਜੇ ਤੁਸੀਂ ਐਡੇ ਵੱਡੇ ਵਕੀਲ ਸੀ ਫਿਰ ਸਾਨੂੰ ਬਾਹਰ ਭਰਤੀ ਦੇ ਵਿੱਚੋਂ ਕਿਉਂ ਕਰ ਦਿੱਤਾ ਸਾਨੂੰ ਸੇਫ ਕਿਉਂ ਨਹੀਂ ਕੀਤਾ ਗਿਆ ਹਰ ਬਾਰ ਸਾਨੂੰ ਕਹਿੰਦੇ ਤੁਸੀਂ ਅਸੀਂ ਵਕੀਲ ਆ ਅਸੀਂ ਤੁਹਾਡੀ ਭਰਤੀ ਬਚਾਈ ਜੇ ਸਾਡੀ ਭਰਤੀ ਬਚਾਈਏ ਫਿਰ ਸਾਨੂੰ ਕਿਉਂ ਨਹੀਂ ਬਚਾਏਗਾ ਸਾਨੂੰ 252 ਨੂੰ ਕਿਉਂ ਬਾਹਰ ਕੱਢੇਗਾ ਭਾਣੇ ਬਦਲਾ ਜਿਵੇਂ ਲੱਗਿਆ ਤੁਹਾਨੂੰ ਜਿਹੜਾ ਬਦਲਾ ਹੋਇਆ ਬਦਲਾ ਤਾਂ ਗੱਲਾਂ 'ਚ ਹੀ ਬਦਲਾ ਆਇਆ ਸਰ ਬਾਕੀ ਸਿਸਟਮ ਤਾਂ ਉਦਾਂ ਹੀ ਚੱਲੀ ਜਾਂਦਾ ਜਿਹੜੇ ਇਹਨਾਂ ਦੇ ਐਮ.ਐਲ.ਏ ਨੇ ਉਹ ਵੀ ਕੋਈ ਗੱਲ ਨਹੀਂ ਸੁਣਦੇ ਜੀ ਸਾਡੀ ਇਹਨਾਂ ਨਾਲ ਮਿਲਦੇ ਆਂ ਸੀ 부ਧਰਾਮ ਜਿਹੜਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਇਹਨਾਂ ਨੇ ਉਹ ਕੋ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਡੇ ਗਮਾਂਢੀ ਨੇ ਜੀ ਸਾਡੇ ਹੋਰ ਗਮਾਂਢ 'ਚ ਰਹਿੰਦੇ ਨੇ ਪਰ ਉਹ ਕੋਈ ਗੱਲ ਨਹੀਂ ਸੁਣ ਰਹੇ ਵੋਟਾਂ ਵੇਲੇ ਤਾਂ ਬਾਪੂ ਬਾਪੂ ਕਹਦੇ ਨੇ ਵੋਟਾਂ ਪਿੱਛੇ ਤਾਂ ਕੋਈ ਨਹੀਂ ਪੁੱਛਦਾ ਜੀ ਕਿਸੇ ਨੂੰ ਬਣੇ ਕਿੰਨੀ ਉਮਰ ਹੋ ਗਈ ਆ ਤੁਹਾਡੀ ਮਤਲਬ ਨੌਕਰੀ ਦੀ ਭਾਲ ਕਰਦਿਆਂ ਨੌਕਰੀ ਮਿਲੀ ਆ ਕਿੰਨੀ ਉਮਰ 'ਚ ਜੀ ਸਰ ਮੇ ਤਾਂ 34 ਸਾਲਾਂ ਦੀ ਹੋ ਗਈ ਹੁਣ ਜੀ ਮੇਰਾ ਨੰਬਰ ਆਇਆ ਪਹਿਲਾਂ ਮੇਰੇ 5 ਵਾਰੀ ਨੰਬਰ ਆ ਗਿਆ ਹਰਿਆਣੇ ਚ ਵੀ ਆਇਆ ਸੀ ਉਹ ਭਰਤੀ ਵੀ ਕੈਂਸਲ ਹੋਈ 11 58 ਚ ਵੀ ਆਇਆ ਉਹ ਭਰਤੀ ਵੀ ਕੈਂਸਲ ਹੋਈ ਫਿਰ 37 4 ਚ ਆਇਆ ਸੀ ਉਹ ਵੀ ਸਾਰਾ ਸਾਡੇ ਜਿਹੜੇ ਦੋ ਨੰਬਰ ਮੇਰੇ ਕੱਟੇ ਗਏ ਸੀ ਉਹ ਵੀ ਮੈਂ 3 ਦਿਨ ਗੁਰੂ ਨਾਨਕ ਦੇਵ ਜੁਨੀਵਰਸਿਟੀ ਰਹੀ ਉੱਥੇ ਵੀ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਮੇਰੇ ਇੱਥੇ ਨੰਬਰ ਆਇਆ ਸੀ ਸਰ ਮੈਡੀਕਲ ਵੀ ਹੋ ਗਿਆ ਸੀ ਹੁਣ ਵੀ ਮੈਂ ਭਰਤੀ ਚੋਂ ਬਾਹਰ ਹੋ ਗਈ ਸਾਡੀਆਂ ਸਰਕਾਰਾਂ ਦੇ ਇਹੀ ਬਦਲਾਅ ਨੇ ਜੀ ਨਵੀਂ ਸਰਕਾਰ ਦਾ ਨਾਮ ਹੈ ਇਹੀ ਬਦਲਾਇਆ ਕਿ ਅਪੁਆਇੰਟਮੈਂਟ ਲੈਟਰ ਦੇ ਕੇ ਸਾਨੂੰ ਰੱਦ ਕਰ ਦਿੱਤੇ ਗਏ ਆ ਸਾਡੀ ਇਹੀ ਬੇਨਤੀ ਹੈ ਸੀਐਮ ਤੇ ਈਐਮ ਨੂੰ ਕਿ ਸਾਨੂੰ ਸੇਫ ਕਰਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਨਹੀਂ ਤਾਂ ਜਿੱਥੋਂ ਤੱਕ ਸਾਡੀ ਹੋਊਗੀ ਅਸੀਂ 19 ਪਹੁੰਚ 24 ਦੇ ਚੋਣਾਂ ਚ ਇਹਨਾਂ ਨੂੰ ਦਿਖਾ ਦਾਂਗੇ ਸਾਰੀ ਬਣੇ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਨਾ ਕਿ ਇਹਦੇ ਨਾਲ ਜਿਵੇਂ ਹੁਣ ਤੁਹਾਡੇ ਨਾਲ ਇੱਕ ਹੁੰਦਾ ਵੀ ਚੀਜ਼ ਮਿਲੇ ਨਾ ਬੰਦਾ ਉਦੋਂ ਚੱਲ ਰਿਹਾ ਹੁੰਦਾ ਕੋਈ ਵੱਡਾ ਗੱਲ ਨਹੀਂ ਹੁੰਦੀ ਜਦੋਂ ਕੋਈ ਹੱਥੇ ਚੀਜ਼ ਨਾ ਆਵੇ ਉਦੋਂ ਦੁੱਖ ਘਟ ਜਦੋਂ ਚੀਜ਼ ਦੇ ਕੇ ਕੋਈ ਖੋ ਲਵੇ ਮਾਨਸਿਕ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਬਹੁਤ ਹੈ ਸਰ ਮਾਨਸਿਕ ਤੌਰ ਤੇ ਵੀ ਅਸੀਂ ਬਹੁਤ ਪਰੇਸ਼ਾਨ ਆ ਆਰਥਿਕ ਤੌਰ ਤੇ ਵੀ ਅਸੀਂ ਬਹੁਤ ਪਰੇਸ਼ਾਨ ਆ ਸਮਾਜਿਕ ਤੌਰ ਤੇ ਵੀ ਅਸੀਂ ਬਹੁਤ ਪਰੇਸ਼ਾਨ ਆ ਸਾਰੇ ਸਾਨੂੰ ਬਾਹਰ ਨਿਕਲਣ ਦਾ ਔਕਾ ਹੈ ਅਸੀਂ ਬਾਹਰ ਨਹੀਂ ਨਿਕਲ ਸਕਦੇ ਸਮਾਜ ਦੇ ਵਿੱਚ ਸਾਡਾ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਤੁਹਾਡੇ ਨਾਲ ਬੀਤੀ ਹੈ ਕਿਉਂਕਿ ਇਹ ਬੀਤੀ ਵਾਲੇ ਦੱਸ ਸਕਦਾ ਕਿ ਸਾਡੇ ਤੇ ਕੀ ਬੀਤ ਰਹੀ ਹੈ ਤੇ ਸਾਡੇ ਨਾਲ ਕੀ ਕੀਤਾ ਸਰਕਾਰ ਸਰ ਪਹਿਲੀ ਗੱਲ ਤੇ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਬਹੁਤ ਮਾਨਸਿਕ ਖਲਵਾੜ ਕੀਤਾ ਇਹ ਚੀਜ਼ਾਂ ਕਰਨੀਆਂ ਬਣਦੀਆਂ ਨਹੀਂ ਸੀ ਜਦੋਂ ਦੇਖੋ ਜੇ ਰਿਜ਼ਲਟ ਦੇ ਵਿੱਚ ਐਨਾ ਹੀ ਰੌਲਾ ਸੀ ਜਦੋਂ ਨਿਯੁਕਤੀ ਪੱਤਰ ਵੰਡੇ ਨੇ ਉਦੋਂ ਕੋਰਟ ਕੇਸ ਚੱਲਦਾ ਸੀ ਤਾਂ ਗਵਰਨਮੈਂਟ ਉਦੋਂ ਹੀ ਸਾਰਾ ਕਲੀਅਰ ਕਰ ਲੈਂਦੀ ਨਾ ਸਾਨੂੰ ਲੈਟਰ ਦਿੰਦੇ ਕਿਉਂ ਸਾਨੂੰ ਤਮਾਸ਼ੇ ਦੇ ਪਾਤਰ ਬਣਾਇਆ ਕਿਉਂ ਸਮਾਜ ਦੇ ਵਿੱਚ ਸਾਡਾ ਮਜ਼ਾਕ ਉਡਵਾਇਆ ਦੂਜੀ ਗੱਲ ਇਹ ਹੈ ਕਿ ਬੋਰਡ ਇੱਥੇ ਆਪ ਹੀ ਮੰਨ ਰਿਹਾ ਵੀ ਅਸੀਂ ਗਲਤ ਪੜਾਉਂਦੇ ਆਂ ਦੇਖੋ ਆਪਣੇ ਹੀ ਉਤਰਾਂ ਨੂੰ ਉਹ ਗਲਤ ਮੰਨ ਰਹੇ ਨੇ 1969 ਤੋਂ ਜੋ ਪੰਜਾਬੀ ਦੀਆਂ ਕਿਤਾਬਾਂ ਲੱਗੀਆਂ ਹੋਈਆਂ ਨੇ ਮਤਲਬ ਉਹ ਆਪ ਮੰਨ ਕੇ ਵੀ ਅਸੀਂ ਦੂਜੇ ਦੂਜਿਆਂ ਨੂੰ ਉਹ ਸਹੀ ਮੰਨਦੇ ਨੇ ਆਪਣਾ ਉਹਨਾਂ ਨੇ ਬਿਲਕੁਲ ਗਲਤ ਮੰਨ ਲਿਆ ਜਿਹੜੇ ਉਹਨਾਂ ਨੇ ਸਿਲੈਕਟ ਕੈਂਡੀਡੇਟ ਕੀਤੇ ਵੀ ਨਹੀਂ ਉਹ ਵੀ ਜਾ ਕੇ ਗਲਤ ਕਿਤਾਬਾਂ ਹੀ ਪੜਾਉਣਗੇ ਤੇ ਤੀਜੀ ਗੱਲ ਸਹੀ ਹੈ ਕਿ ਜਿਵੇਂ ਹੁਣ ਆਪਾਂ ਯੂਥ ਹੈ ਨਾ ਗਵਰਨਮੈਂਟ ਕਹਿੰਦੀ ਹੈ ਵੀ ਯੂਥ ਸਾਡੇ ਬਾਹਰ ਨਾ ਜਾਵੇ ਯੂਥ ਨੂੰ ਸੀ ਕਿਵੇਂ ਰੋਕ ਲਾਂਗੇ ਯੂਥ ਸਾਡੇ ਹੀ ਪਰਿਵਾਰਾਂ ਚੋਂ ਨੇ ਸਾਡੇ ਹੀ ਭਾਂਜੇ ਭਤੀਜੇ ਨੇ ਜਿਹੜੇ ਹੁਣ ਸਾਡੇ ਬਰਾਬਰ ਖੜੇ ਹੋਗੇ ਨੇ ਜਿਹੜੇ ਕਹਿੰਦੇ ਨੇ ਮਾਸੇ ਤੁਹਾਡਾ ਕੁਝ ਨਹੀਂ ਬਣਿਆ ਅਸੀਂ ਤਾਂ ਹਾਇਲਸ ਕਰਾਂਗੇ ਕਿਵੇਂ ਰੋਕ ਲਈ ਅਸੀਂ ਉਹਨਾਂ ਨੂੰ ਤੇ ਇਸ ਕਰਕੇ ਅਸੀਂ ਬਹੁਤ ਮਾਨਸਿਕ ਸ਼ੋਸ਼ਣ ਸਾਡਾ ਕੀਤਾ ਗਿਆ ਤੇ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਤੇ ਸਰਕਾਰ ਨੂੰ ਚਾਹੀਦਾ ਕਿ ਸਾਡੇ ਨਾਲ ਇਨਸਾਫ ਕਰੇ ਇਹ ਕਹਿੰਦੇ ਸੀ ਜੀ ਮਤਲਬ ਇੱਥੇ ਇਹੋ ਜਿਹਾ ਵਾਤਾਵਰਨ ਬਣ ਜਾਣਾ ਹੈ ਇੱਥੇ ਅੰਗਰੇਜ਼ ਕੰਮ ਕਰਨ ਆਉਣਗੇ ਤੁਹਾਨੂੰ ਜਿਵੇਂ ਹੁਣ ਤੁਹਾਡੇ ਨਾਲ ਬੀਤੀ ਹੈ ਕੀ ਲੱਗ ਰਿਹਾ ਵੀ ਅੰਗਰੇਜ਼ ਆਉਣਗੇ ਹਣੇ ਸਰ ਇੱਥੇ ਅੰਗਰੇਜ਼ ਤਾਂ ਕੀ ਆਉਣਗੇ ਇੱਥੇ ਜਿਹੜੇ ਆਪਣੇ ਹੈਗੇ ਆ ਉਹ ਵੀ ਨਹੀਂ ਰਹਿਣਗੇ ਕਿਉਂਕਿ ਸਿਸਟਮ ਹੈ ਜਿਹੜਾ ਹੋਰ ਵੀ ਵਿਗੜਦਾ ਜਾ ਰਿਹਾ ਜਿਵੇਂ ਉਮੀਦ ਵਜੀ ਸੀ ਵੀ ਨਵੀਂ ਸਰਕਾਰ ਆਊਗੀ ਨਵੇਂ ਲੋਕਾਂ ਲਈ ਨਵਾਂ ਬਦਲਾਅ ਲਿਆਊਗੀ ਪਰ ਉਦਾਂ ਦਾ ਕੁਝ ਨਹੀਂ ਹੋਇਆ ਤੁਸੀਂ ਆ ਦੇਖ ਹੀ ਰਹੇ ਹੋ ਸਾਡੇ ਹੱਥਾਂ ਦੇ ਵਿੱਚ ਬੜਾ ਚਾਅ ਸੀ ਜਦੋਂ ਮਿਲੇ ਸੀ 5 ਜਨਵਰੀ ਨੂੰ ਵੀ ਅਸੀਂ ਹੁਣ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਹੁਣ ਲੱਗ ਜਾਣਾ ਹੈ ਮੈਡੀਕਲ ਵੀ ਹੋ ਗਿਆ ਸੀ ਪਰ ਆ ਦੇਖੋ ਕੋਰਟ ਕੇਸ ਪਹਿਲਾਂ ਵੀ ਚੱਲਦਾ ਸੀ ਕੋਰਟ ਕੇਸ ਤਾਂ ਹੁਣ ਵੀ ਚੱਲ ਰਿਹਾ ਹੈ ਕੀ ਹੁਣ ਵੀ ਜਿਹੜੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਆ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਪਰ ਅਸੀਂ ਇਹੀ ਚਾਹੁੰਦੇ ਆ ਵੀ ਜੇਕਰ ਜੇ ਸਾਡੇ ਜੇ ਪ੍ਰਸ਼ਨ ਗਲਤ ਹੁੰਦੇ ਤਾਂ ਤੁਸੀਂ ਸਾਨੂੰ ਬਾਹਰ ਕਰ ਦਿੰਦੇ ਪਰ ਸਾਡੇ ਪ੍ਰਸ਼ਨ ਉਹੀ ਸਹੀ ਨੇ ਜਿਹੜੇ ਤੁਸੀਂ ਕਿਤਾਬਾਂ ਦੇ ਵਿੱਚ ਪੜਾ ਰਹੇ ਹੋ ਤੇ ਜਿਹੜੇ ਅਸੀਂ ਪੜਦੇ ਆ ਰਹੇ ਆ ਤੇ ਉਹ ਸਹਾਰ ਤੇ ਸਾਨੂੰ ਭਰਤੀ ਦੇ ਵਿੱਚ ਇਨ ਕੀਤਾ ਜਾਵੇ ਕੀ ਲੱਗਦਾ ਵੀ ਫਿਰ ਕਾਲੀ ਕਰਗੇ ਆ ਮਾਨ ਸਾਹਿਬ ਇਹ ਕਾਲੀ ਕਰਗੇ ਪਤਾ ਨਹੀਂ ਇਹਨਾਂ ਨੇ ਆਪਣਾ ਸ਼ੋਸ਼ਾ ਕੀਤਾ ਕਿ ਕੀ ਮਤਲਬ ਕਿ ਦਿਖਾਉਣਾ ਚਾਹੁੰਦੇ ਸੀ ਵੀ ਹਰੇਕ ਆਪਾ ਦੇਖੀਏ ਕਿ ਆਲੀ ਕਾਟਾ ਇੰਨੀ ਭਰਤੀ ਪੂਰੀ ਕੀਤੀ ਉਹ ਸਾਰੀਆਂ ਭਰਤੀਆਂ ਦਾ ਦੱਸ ਰਿਹਾ ਵੀ ਇੰਨੀਆਂ ਪੂਰੀਆਂ ਕੀਤੀਆਂ ਪਰ ਤੁਸੀਂ ਆਪ ਹੀ ਦੇਖ ਰਹੇ ਹੋ ਕੋਈ ਹਜੇ ਭਰਤੀ ਪੂਰੀ ਤਾਂ ਨਹੀਂ ਹੋਈਗੀ ਹਮ ਮਤਲਬ ਅੱਗਾ ਦੌੜ ਤੇ ਜਿਵੇਂ ਪੰਜਾਬੀ ਕਹਿੰਦੇ ਪਿੱਛਾ ਜੋੜ ਵੀ ਅੱਗੇ ਨੂੰ ਹਾਂਜੀ ਬਿਲਕੁਲ ਸਰ ਬਿਲਕੁਲ ਇਹੀ ਗੱਲ ਹੈ ਕੀ ਕਹਿਣਾ ਚਾਹੋਗੇ ਭੈਣੇ ਆਪਦੇ ਇਸ ਮਸਲੇ ਦੇ ਉੱਤੇ ਜਿਹੜੇ ਤੁਹਾਡੇ ਨਾਲ ਹੋਇਆ ਜੋ ਤੁਹਾਡੇ ਨਾਲ ਵਾਪਰਿਆ ਜੀ ਮੈਂ ਇਹ ਕਹਿਣਾ ਚਾਹੁੰਦੀ ਵੀਰ ਜੀ ਵੀ ਸਾਨੂੰ ਇੰਨੀ ਕਾਲੀ ਕਿਉਂ ਕੀਤੀ ਇਹਨਾਂ ਨੇ ਨਿਯੁਕਤੀ ਪੱਤਰ ਦੇਣ ਦੀ ਜਿਨ੍ਹਾਂ ਨੇ ਕਾਲੀ ਕਰਨੀ ਸੀ ਫਿਰ ਸਾਨੂੰ ਸਕੂਲਾਂ ਵਿੱਚ ਕਿਉਂ ਨਹੀਂ ਭੇਜਗੇ ਇਹਨਾਂ ਨੇ ਕਿਹਾ ਸੀ ਵੀ ਇੱਕ ਹਫ਼ਤੇ ਦੇ ਵਿੱਚ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਊਗਾ ਪਰ ਨਹੀਂ ਅਸੀਂ ਕੀ ਆ ਮਾਨਸਿਕ ਸੰਤਾਪ ਹੰਡਾ ਰਹੇ ਆਂ ਤੇ ਅਸੀਂ ਸੜਕਾਂ ਤੇ ਰੁਲਦੇ ਫਿਰਦੇ ਆਂ ਸਾਡੇ ਬੱਚੇ ਵੀ ਕੀ ਹੈਗਾ ਕਦੇ ਕਿਤੇ ਛੱਡ ਗਿਆ ਉਹਨੇ ਕਦੇ ਕਿਤੇ ਛੱਡ ਗਿਆ ਨਹੀਂ ਅਸੀਂ ਇੰਨੇ ਜ਼ਿਆਦਾ ਤੰਗ ਆ ਗਏ ਕਿਉਂਕਿ ਸਾਡੇ ਕੋਲੇ ਕੋਈ ਵੀ ਰੁਜ਼ਗਾਰ ਦਾ ਸਾਧਨ ਨਹੀਂ ਹੈ ਅਸੀਂ ਆਪਣਾ ਰੁਜ਼ਗਾਰ ਵੀ दाਤੇ ਲਾ ਕੇ ਘਰੋਂ ਬਾਹਰ ਨਿਕਲਦੇ ਆ ਜੇ ਇੱਕ ਬੰਦਾ ਪ੍ਰਾਈਵੇਟ ਨੌਕਰੀ ਕਰਦਾਗਾ ਉਸਦੇ ਲਈ ਵੀ ਕਿੰਨੇ ਕ ਦਿਨ ਛੁੱਟੀ ਦੇਊ ਅਗਲਾ ਉਸ ਨੂੰ ਇੱਕ ਦਿਨ ਕਹਿ ਦੇਣਗੇ ਵੀ ਤੁਸੀਂ ਬਾਹਰ ਜਾਓ ਜੀ ਮੇਰੇ ਹਸਬੰਦ ਨੇ ਉਹ ਪ੍ਰਾਈਵੇਟ ਏਜੰਸੀ ਦੇ ਵਿੱਚ ਨੌਕਰੀ ਕਰਦੇ ਨੇ ਉਹ ਰੋਜ਼ ਮੇਰੇ ਨਾਲ ਆਉਂਦੇ ਨੇ ਉਹਨਾਂ ਨੂੰ ਜੇ ਅਗਲੇ ਨੇ ਇਹ ਕਹਤਾ ਏਜੰਸੀ ਵਾਲਿਆਂ ਨੇ ਤੇ ਤੁਸੀਂ ਬਾਹਰ ਜਾਓ ਫਿਰ ਅਸੀਂ ਕੀ ਖਾਵਾਂਗੇ ਅਸੀਂ ਕਿੱਥੇ ਜਾਵਾਂਗੇ ਸਾਡਾ ਹੱਲ ਕੀਤਾ ਜਾਵੇ ਮੈਂ ਇਹੀ ਕਹਨੀ ਆ ਵੀ ਭਗਵਾਨ ਤਮਨਾ ਸਰਕਾਰ ਨੂੰ ਵੀ ਸਾਡਾ ਸ਼ੇਰ ਜਲਦ ਤੋਂ ਜਲਦ ਹੱਲ ਕਰਕੇ ਨਾ ਸਾਨੂੰ ਜਲਦ ਤੋਂ ਜਲਦ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ ਇਹ ਕਹਿੰਦੇ ਸੀ ਵੀ ਆਮ ਘਰਾਂ ਦੇ ਧੀਆਂ ਪੋਤੇ ਮੈਂ ਮੈਂ ਦੁੱਖ ਜਾਣਦਾ ਹਾਂ ਤਾਂ ਲੱਗਦਾ ਹੁਣ ਨਹੀਂ ਸਰ ਇਹ ਆਮ ਘਰਾਂ ਦੇ ਧੀਆ ਪੁੱਤ ਹੁੰਦੇ ਤਾਂ ਇਹ ਆਮ ਇਨਸਾਨ ਦੀ ਜਿਹੜੀ ਖੁਸ਼ੀ ਗਮੀ ਉਹਨੂੰ ਅਹਿਸਾਸ ਕਰਦੇ ਉਹਨੂੰ ਮਹਿਸੂਸ ਕਰਦੇ ਪਰ ਕੀ ਇੰਨੇ ਗਰੀਬਾਂ ਦਾ ਦੁੱਖ ਦੇਖ ਕੇ ਇਹਨਾਂ ਨੂੰ ਦੁੱਖ ਨਹੀਂ ਹੁੰਦਾ ਇਹ ਸ਼ਰਮਾਇਦਾਰ ਨੇ ਕਿਉਂਕਿ ਸ਼ਰਮਾਇਦਾਰ ਲੋਕ ਹੁੰਦੇ ਨੇ ਜਿਹੜੇ ਉਹ ਕਿਸੇ ਵੀ ਗਰੀਬੀ ਨੂੰ ਦਾ ਅਹਿਸਾਸ ਨਹੀਂ ਕਰ ਸਕਦੇ ਗਰੀਬ ਬੰਦਾ ਹੀ ਗਰੀਬ ਬੰਦੇ ਦੀ ਅਹਿਸਾਸ ਜਾਣਦਾਗਾ ਵੀ ਤੇ ਕੀ ਜਜ਼ਬਾਤ ਨੇ ਕੀ ਉਹਦੀਆਂ ਭਾਵਨਾਵਾਂ ਨੇ ਕਿਵੇਂ ਉਹ ਰੋਲਦਾ ਫਿਰਦਾਗਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਨੌਕਰੀ ਕਿੰਨੇ ਚਿਰ ਬਾਅਦ ਮਿਲੀ ਸੀ ਕਿੰਨੀ ਬਾਅਦ ਉਮੀਦ ਵੱਜੀ ਤੁਹਾਡੀ ਸਰ ਸਾਡੀ ਤੇ ਓਵਰਏਜ ਹੋਣ ਵਾਲੀ ਹੈ ਮਤਲਬ ਨਿਕਲ ਚੁੱਕੀ ਹੈ ਏਜ ਅਸੀਂ ਦੁਬਾਰਾ ਅਪਲਾਈ ਕਰ ਹੀ ਨਹੀਂ ਸਕਦੇ ਹਾਂਜੀ ਫਿਰ ਉਸਨੇ ਸਾਨੂੰ 30-30 ਸਾਲ ਹੋ ਗਏ ਨੇ ਪੜਾਉਂਦਿਆਂ ਨੂੰ ਉਹਨਾਂ ਨੇ ਇੰਨੇ ਖਰਚੇ ਕਿਤੇ ਲੈ ਕੇ ਅਸੀਂ ਉਹੀ ਗੱਲ ਹੈ ਕਿ ਮਾਨ ਸਰਕਾਰ ਨੇ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹਾਂਜੀ ਸਾਡੇ ਵੀ ਨਿੱਕੇ ਨਿੱਕੇ ਬੱਚੇ ਨੇ ਸਾਡੇ ਵੀ ਸਾਨੂੰ ਇਹ ਲੱਗਦਾ ਸੀਗਾ ਕਿ ਸਾਡੇ ਵੀ ਸੁਪਨੇ ਪੂਰੇ ਹੋਣਗੇ ਸਾਨੂੰ ਆ জব ਮਿਲ ਗਈ ਹੈ ਨਿਯੁਕਤੀ ਪੱਤਰ ਸਾਡੇ ਹੱਥੇ ਚ ਆ ਗਿਆ ਸੀਗਾ ਮੈਡੀਕਲ ਸਾਡਾ ਹੋ ਗਿਆ ਸੀਗਾ ਅਸੀਂ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਲਗਾ ਕੇ ਮੈਡੀਕਲ ਕਰਵਾਇਆ ਸਾਨੂੰ ਉਮੀਦ ਵੱਜ ਗਈ ਸੀ ਕਿ ਸਾਨੂੰ ਮਿਲ ਜੇਗੀ ਚਲੋ ਮਿਲ ਸਾਨੂੰ ਸਕੂਲ ਮਿਲ ਜਾਣਗੇ ਲੇਕਿਨ ਇਹਨਾਂ ਨੇ ਇੱਕੋ ਦਾ ਮਤਲਬ ਸਾਨੂੰ ਇਹ ਝਟਕਾ ਦਿੱਤਾ ਜਦੋਂ ਇਹਨਾਂ ਨੇ ਸਾਡੇ ਨਿਯੁਕਤੀ ਪੱਤਰ ਰੱਦ ਕਰ ਦਿੱਤੇ ਦੇਖੋ ਜੀ ਸਾਡੇ ਵੀ ਛੋਟੇ ਛੋਟੇ ਬੱਚੇ ਨੇ ਸਾਡੇ ਵੀ ਸੁਪਨੇ ਹੈਗੇ ਨੇ ਸਾਨੂੰ ਵੀ ਇਹ ਸੀਗਾ ਅਸੀਂ ਮਤਲਬ ਬਾਰਡਰ ਤੇ ਜਾ ਕੇ ਜਿਹਨਾਂ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਅਸੀਂ ਉੱਥੇ ਜਾ ਕੇ ਪੜ੍ਹਾਵਾਂਗੇ ਲੇਕਿਨ ਉਹੀ ਗੱਲ ਹੈ ਕਿ ਇਹਨਾਂ ਨੇ ਸਾਡੇ ਸੁਪਨੇ ਬਿਲਕੁਲ ਓ ਚੂਰ ਕਰ ਦਿੱਤੇ ਹਾਂਜੀ ਧੋਖਾ ਕੀਤਾ ਲੱਗਦਾ ਈ ਸਰਕਾਰ ਨੇ ਹਾਂਜੀ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਜੇ ਇੰਨਾ ਹੀ ਹੀਅਰ ਫੇਅਰ ਰਿਜ਼ਲਟ ਦੇ ਵਿੱਚ ਹੋਣਾ ਸੀ ਤਾਂ ਸਾਨੂੰ ਅਪੁਆਇੰਟਮੈਂਟ ਲੈਟਰ ਨਹੀਂ ਦਿੱਤੇ ਜਾਣੇ ਚਾਹੀਦੇ ਸੀ ਹੁਣ ਵੀ ਤੋਖਾ ਪੇਪਰ ਤੋਂ ਲੈ ਕੇ ਸਿਸਟਮ ਹੀ ਤੋਖੇਬਾਜ਼ ਹੋ ਬਣ ਚੁੱਕਿਆ ਜਦੋਂ ਪੇਪਰ ਆਰਗੇਨਾਈਜ਼ ਕੀਤਾ ਜਾਂਦਾ ਬਾਹਰੀ ਏਜੰਸੀ ਤੋਂ ਆਰਗੇਨਾਈਜ਼ ਕੀਤਾ ਜਾਂਦਾ ਹੈ ਪੇਪਰ ਪੰਜਾਬ ਯੂਨੀਵਰਸਿਟੀ ਜਾਂ ਜੀਐਨਡੀਯੂ ਦੇ ਥਰੂ ਪੇਪਰ ਆਰਗੇਨਾਈਜ਼ ਨਹੀਂ ਕੀਤਾ ਜਾਂਦਾ ਜਦੋਂ ਉਹਨਾਂ ਦੀ ਅਨਸਰ ਕੀ ਆਉਂਦੀ ਹੈ ਫਸਟ ਟਾਈਮ ਤਾਂ ਸਾਡਾ ਸਮਾਜਿਕ ਸਿੱਖਿਆ ਦਾ ਇੱਕ ਕੁਐਸਚਨ ਹੈ ਜਿਹੜਾ ਤਿੰਨ ਟਾਈਮ ਤੇ ਰਿਜ਼ਲਟ ਰਵਾਈਜ਼ ਹੋਣ ਤੇ ਸੇਮ ਰਹਿੰਦਾ ਹੈ ਉਹਦਾ ਆਪਸ਼ਨ ਸੇਮ ਆ ਰਿਹਾ ਹੈ ਬਟ ਜਦੋਂ ਹਾਈ ਕੋਰਟ ਦੇ ਆਰਡਰ ਆਉਂਦੇ ਆ ਤਾਂ ਜੀਐਨਡੀਯੂ ਕਹਿੰਦੀ ਹੈ ਵੀ ਇਹ ਕੁਐਸਚਨ ਰਿਵਾਈਜ਼ ਕੀਤਾ ਜਾਣਾ ਚਾਹੀਦਾ ਤਾਂ ਉਸ ਪ੍ਰੋਫੈਸਰ ਦੁਆਰਾ ਵੀ ਉਹੀ ਆਨਸਰ ਦਿੱਤਾ ਜਾਂਦਾ ਪਰ ਚੌਥੀ ਕਮੇਟੀ ਇਹਨਾਂ ਵੱਲੋਂ ਆਪਣੇ ਲੈਵਲ ਤੇ ਬਿਠਾਈ ਜਾਂਦੀ ਹੈ ਤੇ ਜਿਵੇਂ ਕਹਿੰਦੇ ਨਾ ਪੰਜਾਬ 50% 50 ਤੇਰੀ ਮੰਨ ਲਾ ਪੰਜਾਬ ਮੇਰੀ ਮੰਨ ਲੈ ਜਿਵੇਂ ਦੋ ਟੀਚਰ ਡਿਸਾਈਡ ਕਰ ਦਿੰਦੇ ਆ ਵੀ ਇੱਕ ਕੁਐਸਚਨ ਦਾ ਆਨਸਰ ਤੇਰਾ ਸਹੀ ਮੰਨ ਲੈਨੇ ਇੱਕ ਦਾ ਮੇਰਾ ਸਹੀ ਮੰਨ ਲੈਨੇ ਆ ਇਹੀ ਹੋਇਆ ਪੰਜਾਬੀ ਨਾਲ ਹੀ ਇਹੀ ਹੋਇਆ ਸਾਇੰਸ ਨਾਲ ਤੇ ਇਹੀ ਹੋਇਆ ਸਮਾਜਿਕ ਸਿੱਖਿਆ ਦੇ ਵਿਸ਼ੇ ਨਾਲ ਸਾਡੇ ਦੋ ਕੁਐਸਚਨ ਗਲ ਸੀ ਇੱਕ ਜੀਐਨਡੀਯੂ ਦੇ ਅਕੋਰਡਿੰਗ ਸਹੀ ਮੰਨ ਲਿਆ ਗਿਆ ਇੱਕ ਪੰਜਾਬ ਸਕੂਲ ਬੋਰਡ ਨੇ ਆਪਣੇ ਲੈਵਲ ਤੇ ਜਿਹੜਾ ਡ੍ਰੌਪ ਕਰਕੇ ਸਾਰਿਆਂ ਨੂੰ ਨੰਬਰ ਦੇ ਦਿੱਤਾ ਜਿਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦਾ ਸਾਰਿਆਂ ਨਾਲ ਵੱਧ ਰੋਲਾ ਵੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕੀ ਹੋਇਆ ਵੀ ਉਹਨਾਂ ਨੇ ਲੈਂਗੁਏਜ ਦੋਨਾਂ ਨੂੰ ਵੈਲਿਡ ਕਰਨ ਦੀ ਬਜਾਏ ਸਮਾਜਿਕ ਦੇ ਵਿੱਚ ਹੈ ਇੱਕ ਲੈਂਗੁਏਜ ਦੇ ਪ੍ਰੇਫਰੈਂਸ ਤੇ ਡ੍ਰੌਪ ਕਰਕੇ ਇੱਕ ਨੰਬਰ ਮੇਰਾ ਘੱਟ ਗਿਆ ਤੇ ਮੈਂ ਮੈਰਿਟ ਵਿੱਚੋਂ ਬਾਹਰ ਹੋ ਗਈ ਤਾਂ ਇਹਦਾ ਮਤਲਬ ਹੈ ਕਿ ਧੋਖਾ ਹੀ ਹੈ ਸਾਰਾ ਸਾਡਾ ਸਿਸਟਮ ਧੋਖੇਬਾਜ਼ ਮੈਂ ਤਾਂ ਹੁਣ ਐਮ ਸਾਹਿਬ ਤੇ ਸੀਐਮ ਸਾਹਿਬ ਨੂੰ ਇਹ ਰਿਕਵੈਸਟ ਕਰਦੀ ਹਾਂ ਚਾਹੁੰਦੀਆਂ ਕਿ ਵਿਧਾਨ ਸਭਾ ਦੇ ਵਿੱਚ ਖੜ ਕੇ ਉਹ ਦੋ ਦਿਨ ਸਪੈਸ਼ਲ ਇੱਕ ਬੁਲਾਉਂਦੇ ਆ ਸਾਡਾ ਵਿਧਾਨ ਸਭਾ ਦਾ ਸੈਸ਼ਨ ਤੇ ਉੱਥੇ ਲੱਖਾਂ ਰੁਪਏ ਬਰਬਾਦ ਕਰਦੇ ਆ ਉਂਝ ਕਹਿੰਦੇ ਕਿ 22000 ਨੌਕਰੀਆਂ ਜਿਹੜੀਆਂ ਖਾਲੀ ਪਈਆਂ ਉਹਨਾਂ ਲੱਖਾਂ ਰੁਪਿਆਂ ਨੂੰ ਬਰਬਾਦ ਕਰਨ ਦੀ ਬਜਾਏ ਕੀ 252 ਦੀ ਨੌਕਰੀ ਦਾ ਹੱਲ ਨਹੀਂ ਕੀਤਾ ਜਾ ਸਕਦਾ ਕੀ 93 ਐਮ ਐਲ ਏ ਸਾਡੀ ਵਿਧਾਨ ਸਭਾ ਦੇ ਵਿੱਚ ਆਵਾਜ਼ ਨਹੀਂ ਚੁੱਕ ਸਕਦੇ ਸੀ ਫਿਰ ਇਹਦਾ ਮਤਲਬ ਹੈ ਕਿ ਉਹ ਸੱਚ ਦੀ ਆਵਾਜ਼ ਚੁੱਕਣ ਵਾਲੇ ਨਹੀਂ ਉਹ ਵੀ ਧੋਖੇਬਾਜ਼ ਨੇ ਤਾਂ ਗੱਲਬਾਤ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਮਾਨ ਸਰਕਾਰ ਬਹੁਤੀ ਵਾਰੀ ਕਾਲੀ ਕਰ ਜਾਂਦੀ ਹੈ ਅਸੀਂ ਅਕਸਰ ਹੀ ਦੇਣਿਆ ਚਾਹੇ 골ਡੀ ਬਰਾਡ ਨੂੰ ਫੜਨ ਵਾਲੀ ਗੱਲ ਹੋਵੇ ਚਾਹੇ ਕਈ ਹੋਰ ਬਿਆਨ ਜਿਨ੍ਹਾਂ ਦੇ ਉੱਤੇ ਮਾਨ ਸਰਕਾਰ ਨੂੰ ਫਿਰ ਬੈਕਫੁੱਟ ਤੇ ਵੀ ਜਾਣਾ ਪੈਂਦਾ ਇਹਨਾਂ ਨਾਲ ਵੀ ਉਹੀ ਵਾਪਰੀ ਹੈ ਕਾਲੀ ਕੀਤੀ ਅਪੁਆਇੰਟਮੈਂਟ ਲੈਟਰ ਦੇ ਦਿੱਤੇ ਬਾਅਦ ਚ ਇਹਨਾਂ ਦੀ 252 ਜਣਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਮਾਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਇੱਕ ਉਮੀਦ ਬਣਾ ਹੀ ਦਿੱਤੀ ਇਹਨਾਂ ਦੇ ਹੱਥ ਦੇ ਵਿੱਚ ਨੌਕਰੀ ਫੜਾ ਹੀ ਦਿੱਤੀ ਤਾਂ ਭਾਈ ਫਿਰ ਇਹਨਾਂ ਨੂੰ ਜੁਆਇਨ ਵੀ ਕਰਾਓ ਤੁਸੀਂ ਇਹ ਵਿਸ਼ਵਾਸ ਦੇ ਕੇ ਸੱਤਾ ਦੇ ਵਿੱਚ ਆਏ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਇੱਥੇ ਹੁਣ ਧੋਖੇਬਾਜ਼ੀਆਂ ਇੱਥੇ ਹੁਣ ਜਿਹੜੀਆਂ ਪਹਿਲਾਂ ਚਾਰਲਸ ਜਿਹੜੀਆਂ ਜਾਲਸਾਜ਼ੀਆਂ ਚੱਲਦੀਆਂ ਸੀ ਉਹ ਨਹੀਂ ਹੋਣਗੀਆਂ ਪਰ ਉਸੇ ਤਰੀਕੇ ਨਾਲ ਵਾਪਰ ਰਿਹਾ ਸੋ ਇਸ ਉੱਤੇ ਮਾਨ ਸਰਕਾਰ ਨੂੰ ਗੌਰ ਕਰਕੇ ਇਹਨਾਂ ਸਾਰੇ ਪਰਿਵਾਰਾਂ ਦੀ ਜੋ ਰੋਜੀ ਰੋਟੀ ਹੈ ਉਹਨੂੰ ਬਹਾਲ ਕਰਨਾ ਚਾਹੀਦਾ ਤੇ ਇਹਨਾਂ ਨੂੰ ਨੌਕਰੀ ਦੇ ਉੱਤੇ ਜਿਸ ਤਰੀਕੇ ਨਾਲ ਕਿਹਾ ਸੀ ਕਿ ਸਕੂਲ ਓਢੀਕ ਰਹੇ ਹੈ ਤਾਂ ਉਹਨਾਂ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ ਕੈਮਰਾ ਪਰਸਨ ਲਾਪਰੀ ਦੇ ਨਾਲ ਮਨਿੰਦਰ ਜੀ ਸਿੱਧੂ ਲੋਕਵਾਇਟ